यूनिट 5 क्वेश्चन नंबर 2 बारदोली सत्याग्रह ते नोट लिखो। मतलब जिहड़ा बारदोली सत्याग्रह होया सी, बारदोली एक स्थान दा नाम है जिथे किसान सी जिहड़े उन्होंने एक सत्याग्रह किया सी। उहदे कारण की सी, क्यों किया सी? 1928 बारदोली सत्याग्रह भारत दे राज गुजरात विच, मतलब जिहड़ा गुजरात भारत दा राज सी गुजरात, उहदे विच ब्रिटिश राज दे काल दे दौरान आजादी दी लहर दे समय जिहड़ा इह सत्याग्रह शुरू होया सी। क्योंकि इहदे विच की सी, जिहड़े किसान सीगे उह वध तों वध इहदे च भाग ले रहे सी। मेन घटना की सी? सिविल नाफरमानी, जिहदे विच इस घटना दी जिहड़ी मतलब इस जो सत्याग्रह सी इहदी अगवाई वल्लभ भाई पटेल ने कीती सी। सफलता तो बाद पटेल नूं आजादी दी लहर दे मुख आगूआं दे वजों जाणिया जाण लग्गिया। किसानी अंदोलन सी इह, कि इह तां होया सी क्योंकि जिहड़े अंग्रेज सी उहनां ने लगान दा 30% घटा के 21 तों 27% है जिहड़ा उह करता सी, जिहदे नाल जिहड़े किसान सी उहनां ने इह एका कीता कि असीं लगान नहीं देणा। ਇਹਦੇ ਨਾਲ ਕਿਸਾਨਾਂ ਦੇ ਜਿਹੜਾ ਬਾਰਦੋਲੀ ਤਲੁਕੇ ਨਾਮ ਦਾ ਜਿਹੜਾ ਸਥਾਨ ਹੈ ਉੱਥੇ ਅੰਦੋਲਨ ਕੀਤਾ, ਇਸ ਕਰਕੇ ਇਹਨੂੰ ਬਾਰਦੋਲੀ ਅੰਦੋਲਨ ਕਹਿੰਦੇ ਆ। ਇਹਦੇ ਵਿੱਚ ਗਾਂਧੀ ਜੀ ਅਤੇ ਵੱਲਭ ਭਾਈ ਪਟੇਲ ਨੇ ਜਿਹੜੇ ਉਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ। ਪ੍ਰਾਂਤਕ ਸਰਕਾਰਾਂ ਕਿਸਾਨਾਂ ਦੇ ਲੰਗਾਨ ਵਿੱਚ 30% ਦਾ ਵਾਧਾ ਕਰ ਦਿੱਤਾ। ਪਟੇਲ ਨੇ ਇਸ ਵਾਧੇ ਦਾ ਵਿਰੋਧ ਕੀਤਾ। ਸਰਕਾਰ ਨੇ ਇਸ ਸੱਤਿਆਗ੍ਰਹਿ ਨੂੰ ਕੁਚਲਣ ਦੇ ਲਈ ਕਈ ਕਦਮ ਚੁੱਕੇ। ਕਿਸਾਨਾਂ ਦੀ ਸ਼ਰਤ ਨੂੰ ਮੰਨਣਾ ਵੀ ਪਿਆ ਕਈ ਥਾਵਾਂ 'ਤੇ ਸਰਕਾਰਾਂ ਨੂੰ। ਇਹਦੇ ਨਾਲ ਹੀ ਜਿਹੜਾ ਇਹ ਸੱਤਿਆਗ੍ਰਹਿ ਹੈ, ਉਸ ਤੋਂ ਬਾਅਦ 23% ਲਗਾਉਣ ਨੂੰ ਵਾਧੇ ਨੂੰ ਗਲਤ ਦੱਸਦੇ ਹੋਏ 6.03 ਕਰ ਦਿੱਤਾ ਗਿਆ। ਤਾਂ ਇਹਦੇ ਵਿੱਚ ਕੀ ਸੀ ਵੀ ਜਿਹੜਾ ਲਗਾਨ ਹੈ ਸਰਕਾਰ ਨੇ ਆਪਣੇ ਵੱਲੋਂ ਘਟਾਇਆ ਸੀ, ਪਰੰਤੂ ਜਿਹੜੇ ਲੋਕ ਸੀ ਉਹ ਮੰਨਦੇ ਸੀ ਕਿ ਜਿਹੜਾ ਇਹ ਲਗਾਨ ਹੈ ਇਹਨੂੰ ਘਟਾਉਣਾ ਨਹੀਂ ਕਹਿੰਦੇ, ਕਿਉਂਕਿ ਉਹ 'ਚ ਸਿਰਫ 19-21 ਦਾ ਫਰਕ ਕੀਤਾ ਸੀ। ਇਸ ਕਰਕੇ ਉਹਨਾਂ ਨੇ 6.03 ਜਦੋਂ ਕਰ ਦਿੱਤਾ ਤਾਂ ਇਹਦੇ ਨਾਲ ਲਗਾਨ ਹੈ ਜਿਹੜਾ ਕਿਸਾਨਾਂ ਨੇ ਮੰਨ ਲਿਆ। ਇਹਦਾ ਸਿੱਟਾ ਕੀ ਨਿਕਲਿਆ? ਬੰਬਈ ਸਰਕਾਰ ਨੇ ਇੱਕ ਪਾਰਸੀ ਮੈਂਬਰ ਦੇ ਸਮਝੌਤੇ ਦਾ ਅੰਤ ਕਰ ਦਿੱਤਾ। ਮਤਲਬ ਇਹਦਾ ਸਮਝੌਤੇ ਦਾ ਅੰਤ ਹੋ ਗਿਆ। ਸਰਕਾਰ ਨੇ ਜਿਹੜੀਆਂ ਜ਼ਮੀਨਾਂ ਲੋਕਾਂ ਦੀਆਂ ਜ਼ਬਤ ਕੀਤੀਆਂ ਸੀ ਲਗਾਨ ਨਾ ਦੇਣ ਕਰਕੇ, ਉਹ ਸਾਰੀਆਂ ਬਹਾਲ ਕਰ ਦਿੱਤੀਆਂ। ਇਹਦੇ ਨਾਲ ਇਹ ਅੰਦੋਲਨ ਹੈ ਜਿਹੜਾ ਸਮਾਪਤ ਹੋ ਗਿਆ।